ਸਵਲ ਆ ਬੈਠ ਪੁੱਤਰ। ਕੁੜੀ ਹੋਰ ਕਿੰਨੇ ਦਿਨ ਰਹੇਗੀ? ਜਦੋਂ ਤੱਕ ਉਹਦਾ ਘਰ ਵਾਲਾ ਨਹੀਂ ਮਿਲਦਾ। ਤੁਸੀਂ ਫੇਰ ਸ਼ੁਰੂ ਹੋ ਗਏ। ਕੀ ਹੋਇਆ? ਉਹ ਕੁਛ ਨਹੀਂ, ਛੱਡ। ਵੇਖ ਤਾਂ ਸਹੀ ਤੂੰ ਕਿੰਨਾ ਲਿੱਸਾ ਪੈ ਗਿਆ, ਟਾਈਮ ਨਾਲ ਰੋਟੀ ਨਹੀਂ ਮਿਲਦੀ ਸੀ। ਉਹ ਨਹੀਂ ਜੀ, ਐਵੇਂ ਦੀ ਕੋਈ ਗੱਲ ਨਹੀਂ ਹੈਗੀ। ਰਾਵੀ ਦੇ ਪਿਓ ਨੇ ਮੈਨੂੰ ਆਪਣੇ ਪੁੱਤਰਾਂ ਨਾਲੋਂ ਵੱਧ ਸੰਭਾਲ ਕੇ ਰੱਖਿਆ, ਕਦੇ ਮੇਰਾ ਮੂੰਹ ਨਹੀਂ ਸੁੱਕਾ ਹੋਣ ਦਿੱਤਾ। ਪੁੱਤਰ ਬਸ ਹੁਣ ਮੈਂ ਇੱਕ ਗੱਲ ਸੋਚ ਲਈ ਹੈ ਕਿ ਮੈਂ ਤੇਰਾ ਵਿਆਹ ਕਰਾ ਦੇਣਾ। ਮੈਂ ਸੋਹਣੇ ਜੇ ਮੱਥੇ ਤੇ ਨਾ ਸੇਰਾ ਬੰਨਣਾ ਵੇਖਣਾ ਚਾਹੁੰਦੀ ਹਾਂ। ਬਸ ਮੈਂ ਤੋਂ ਹੋਰ ਸਬਰ ਨਹੀਂ ਹੁੰਦਾ। ਤੇ ਆ ਲੰਘਾ ਅੰਦਰ, ਸਭ ਖੈਰੀਅਤ ਤੇ ਹੈ ਨਾ? ਹਾਂਜੀ, ਪਿਆਸ ਲੱਗੀ ਸੀ। ਬਾਹਰ ਬਣੀ ਤੇ ਪਾਣੀ ਦਾ ਕੜਾ ਪਿਆ, ਜਾ ਲੈ ਲੈ ਪਾਣੀ ਲੈ ਲੈ। ਤੇ ਰਸੋਈ ਖਾਨਾ ਵੀ ਨਾਲ ਹੀ ਹੈ, ਇੱਕ ਜੱਗ ਚੱਕ ਲੈ ਤੇ ਨਾਲ ਲੈ ਜੀ ਪਾਣੀ ਦਾ। ਮੈਂ ਲਵਾਂ? ਹਾਂ ਹਾਂ, ਤੂੰ ਪ੍ਰਾਹੁਣੀ ਥੋੜੀ ਨਾ ਹੈ ਪੁੱਤਰ ਇਸ ਘਰ ਦੇ ਵਿੱਚ, ਇਹਨੂੰ ਤੂੰ ਆਪਣਾ ਹੀ ਘਰ ਸਮਝ। ਰੁਕੋ, ਮੈਂ ਤੁਹਾਨੂੰ ਦੱਸ ਦਿੰਦਾ ਕਿਹੜੀ ਚੀਜ਼ ਕਿੱਥੇ ਪਈ ਹੈ। ਦੱਸੋ। ਹਾਂ ਪੁੱਤਰ, ਰੱਬ ਛੇਤੀ ਨਾਲ ਇਹਨੂੰ ਇਹਦੇ ਘਰ ਵਾਲੇ ਨਾਲ ਮਿਲਾ ਦੇਵੇ। ਕਿੰਨੀ ਛੋਟੀ ਜਿਹੀ ਉਮਰ ਵਿੱਚ ਇੰਤਜ਼ਾਰ ਦਾ ਰੋਗ ਲਗਾ ਕੇ ਬੈਠ ਗਈ ਹੈ। ਕਿੰਨੀਆਂ ਸੋਹਣੀਆਂ ਅੱਖਾਂ ਨੇ, ਇਹਨਾਂ ਅੱਖਾਂ ਵਿੱਚ ਇੰਨੀ ਉਦਾਸੀ। ਜੱਗ ਫਿਲਹਾਲ ਜੱਗ ਤਾਂ ਨਹੀਂ ਮਿਲ ਰਿਹਾ, ਆ ਲੋਟਾ ਹੈਗਾ ਤੇ ਮੈਂ ਚ ਪਾਣੀ ਭਰ ਦਿੰਦਾ। ਮੈਂ ਕੱਲ ਜਾ ਰਹੀ ਹਾਂ ਸਾਵਲ। ਕਿਉਂ ਕਿਉਂ ਇਹ ਤੂੰ ਮੈਨੂੰ ਪੁੱਛ ਰਿਹਾ ਕਿਉਂ? ਤੇਰੇ ਘਰ ਚ ਤੇਰੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਨੇ, ਤੇਰੀ ਮਾਤਾ ਤੇਰੇ ਮੱਥੇ ਤੇ ਸਹਿਰਾ ਵੇਖਣਾ ਚਾਹੁੰਦੀ ਹੈ, ਤੇ ਤੂੰ ਮੈਨੂੰ ਪੁੱਛ ਰਿਹਾ ਕਿਉਂ? ਕਰਾਂ ਕੀ ਮੈਂ ਇੱਥੇ ਰਹਿ ਕੇ? ਤੇਰੇ ਵਿਆਹ ਤੱਕ ਇੱਥੇ ਰੁਕਾਂ? ਤੇਰੀ ਫੋਟੀ ਨੂੰ ਆਪਣੇ ਹੱਥੀ ਤਿਆਰ ਕਰਾਂ, ਉਹਦੇ ਹੱਥਾਂ ਤੇ ਮਹਿੰਦੀ ਲਾਵਾਂ, ਤੇਰੇ ਵਿਆਹ ਚ ਗਾਣੇ ਗਾਵਾਂ, ਤੇ ਤੈਨੂੰ ਘੋੜੀ ਚੜਾਵਾ? ਇਹ ਚਾਹੁੰਦਾ ਤੂੰ? ਨਹੀਂ ਨਹੀਂ ਰਾਵੀ, ਮੈਂ ਇਹ ਤਾਂ ਕਦੇ ਮੈਂ ਸੋਚ ਵੀ ਨਹੀਂ ਸਕਦਾ। ਤੇਰਾ ਸਾਵਲ ਸਿਰਫ ਤੇਰਾ, ਤੇਰੇ ਇਲਾਵਾ ਕਿਸੇ ਹੋਰ ਬਾਰੇ ਸੋਚਦਾ ਵੀ ਨਹੀਂ। ਜੇ ਮੈਂ ਕਿਸੇ ਹੋਰ ਨਾਲ ਦੂਜੀਆਂ ਲਾਵਾਂ ਵੀ ਲਵਾਂ ਨਾ, ਦੂਜਾ ਸਾਹ ਨਾ ਲਵਾਂ। ਤੈਨੂੰ ਕਹਿ ਰਿਹਾ ਨਾ, ਤੂੰ ਇਹ ਗੱਲ ਮੇਰੇ ਤੇ ਛੱਡ ਦੇ, ਮੈਂ ਆਪੇ ਠੀਕ ਕਰ ਦੂੰ ਸਭ। ਨਾਲੇ ਖਬਰਦਾਰ, ਜੇ ਤੂੰ ਇਹ ਘਰ ਛੱਡਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਘਰ ਤੇਰਾ ਆਪਣਾ, ਤੇ ਆਪਣੇ ਘਰ ਨੂੰ ਕੋਈ ਛੱਡਦਾ ਨਹੀਂ ਹੁੰਦਾ। ਅੱਛਾ ਤੂੰ ਮੇਰੇ ਵੱਲ ਦੇਖ, ਮੇਰੇ ਵੱਲ ਦੇਖ। ਤੈਨੂੰ ਲੱਗਦਾ ਮੈਂ ਤੇਰੇ ਨਾਲ ਬੇਵਫਾਈ ਕਰ ਸਕਦਾ? ਮੈਨੂੰ ਤੇਰੇ ਸਾਥ ਦੀ ਲੋੜ ਹੈ ਰਾਵੀ, ਆਪਾਂ ਇਹ ਮਸਲਾ ਮਿਲ ਕੇ ਹੱਲ ਕਰਨਾ ਹੈ।